ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਅਤੇ ਮੈਂ ਹਾਂ ਨਵਦੀਪ ਸ਼ਰਮਾ। ਨਜ਼ਰ ਪਾਉਂਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ 'ਤੇ। ਪੰਜਾਬ ਕਾਂਗਰਸ ਨੇ ਚੰਡੀਗੜ੍ਹ ਵਿਖੇ ਦਿੱਤਾ ਧਰਨਾ, ਕੇਂਦਰ ਸਰਕਾਰ ਖਿਲਾਫ਼ ਸਾਰੀ ਲੀਡਰਸ਼ਿਪ ਹੋਈ ਇਕੱਠੀ, ਸੇਬੀ ਮੁਖੀ ਨੂੰ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਸਾਨ ਆਗੂਆਂ ਨੂੰ ਕਿਹਾ ਬਲੈਕਮੇਲਰ, ਬੋਲੇ ਕਿਸਾਨਾਂ ਨੂੰ ਮਿਲ ਰਿਹਾ ਵਿਦੇਸ਼ਾਂ ਤੋਂ ਫੰਡ, ਬੰਬਾਂ ਅਤੇ ਕਿਰਪਾਨਾਂ ਨਾਲ ਨਹੀਂ ਜਾਣ ਦੇਵਾਂਗੇ ਦਿੱਲੀ। ਭਾਜਪਾ ਸੰਗਠਨ ਮੰਤਰੀ ਸ਼੍ਰੀਨਿਵਾਸਲੂ ਅੱਜ ਪਹੁੰਚਣਗੇ ਲੁਧਿਆਣਾ, ਮੈਂਬਰਸ਼ਿਪ ਪ੍ਰੋਗਰਾਮ 'ਚ ਲੈਣਗੇ ਹਿੱਸਾ, ਵਰਕਰਾਂ ਨਾਲ ਵੀ ਕਰਨਗੇ ਮੁਲਾਕਾਤ। ਕੋਲਕਾਤਾ ਘਟਨਾ ਤੋਂ ਬਾਅਦ PGI ਅਫਸਰਾਂ ਦਾ ਵੱਡਾ ਐਲਾਨ, ਨਾਈਟ ਡਿਊਟੀ ਨਹੀਂ ਕਰਨਗੀਆਂ ਮਹਿਲਾ ਡਾਕਟਰ। ਜਲਾਲਾਬਾਦ ਵਿੱਚ ਗੁੰਡਾ ਅਨਸਰਾਂ ਨੇ ਮੋਬਾਈਲ ਦੀ ਦੁਕਾਨ 'ਤੇ ਕੀਤੀ ਭੰਨਤੋੜ, ਦੁਕਾਨਦਾਰ ਦੇ ਮਾਰੀਆਂ ਸੱਟਾਂ। ਵਿਧਾਇਕ ਜਗਦੀਪ ਕੰਬੋਜ ਘਟਨਾ ਸਥਾਨ 'ਤੇ ਪੁੱਜੇ, DSP ਨੂੰ ਤੁਰੰਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼। ਕੰਗਣਾ ਰਣੌਤ ਖਿਲਾਫ਼ FIR ਦਰਜ ਕਰਨ ਦੀ SGPC ਨੇ ਚੁੱਕੀ ਮੰਗ, ਕਿਹਾ ਫਿਲਮ ਐਮਰਜੈਂਸੀ 'ਤੇ ਲੱਗੇ ਪਾਬੰਦੀ, ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਕੀਤਾ ਗਿਆ ਪੇਸ਼। ਖੰਨਾ ਸ਼ਿਵ ਮੰਦਰ ਚੋਰੀ ਮਾਮਲੇ ਨੂੰ ਪੰਜਾਬ ਪੁਲਿਸ ਨੇ ਕੀਤਾ ਹੱਲ, ਗੈਂਗ ਦੇ 4 ਮੈਂਬਰ ਕੀਤੇ ਗ੍ਰਿਫਤਾਰ, ਚੋਰੀ ਕੀਤੀ ਚਾਂਦੀ ਵੀ ਕੀਤੀ ਬਰਾਮਦ। ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਇੱਕ ਸਪਾ ਸੈਂਟਰ 'ਤੇ ਪੁਲਿਸ ਵੱਲੋਂ ਕੀਤੀ ਗਈ ਰੇਡ, ਕੁੜੀ ਮੁੰਡਿਆਂ ਨੂੰ ਲਿਆ ਹਿਰਾਸਤ ਵਿੱਚ, ਸਪਾ ਸੈਂਟਰ ਦੇ ਮਾਲਕ ਅਤੇ ਉਸਦੇ ਸਾਥੀ ਨੂੰ ਕੀਤਾ ਗ੍ਰਿਫਤਾਰ। ਲੁਧਿਆਣਾ ਵਿੱਚ ਰੇਪ ਪੀੜਿਤ ਲੜਕੀ ਦਾ ਕੀਤਾ ਗਿਆ ਗਰਭਪਾਤ, ਅਦਾਲਤ ਦੇ ਹੁਕਮ ਤੋਂ ਬਾਅਦ ਹੋਈ ਕਾਰਵਾਈ, ਅੱਜ ਹੋਵੇਗਾ ਮੁਲਜ਼ਮ ਅਤੇ ਭਰੂਣ ਦਾ DNA ਟੈਸਟ। ਫਤਿਹਗੜ੍ਹ ਸਾਹਿਬ ਵਿਖੇ ਫੈਕਟਰੀ ਵਿੱਚੋਂ ਲੋਹਾ ਚੋਰੀ ਕਰਨ ਵਾਲੇ ਨੂੰ ਵਰਕਰਾਂ ਨੇ ਕੀਤਾ ਕਾਬੂ, CCTV ਵਿੱਚ ਕੈਦ ਹੋਈ ਸੀ ਪੂਰੀ ਵਾਰਦਾਤ, ਆਰੋਪੀ ਨੂੰ ਪੁਲਿਸ ਦੇ ਕੀਤਾ ਗਿਆ ਹਵਾਲੇ। ਕੋਲਕਾਤਾ ਡਾਕਟਰ ਕਤਲ ਮਾਮਲੇ ਵਿੱਚ ਧੁਰੀ ਵਿਖੇ ਸਕੂਲੀ ਬੱਚਿਆਂ ਨੇ ਕੱਢਿਆ ਕੈਂਡਲ ਮਾਰਚ, ਭਾਰਤ ਸਰਕਾਰ ਤੋਂ ਕੀਤੀ ਇਨਸਾਫ਼ ਦੀ ਮੰਗ। ਸਮਰਾਲਾ ਦੇ ਪਿੰਡ ਗਹਿਲੇਵਾਲ ਵਿਖੇ ਪੁੱਤਰ ਨੇ ਲੱਕੜ ਦੇ ਬਾਲੇ ਮਾਰ ਆਪਣੇ ਹੀ ਪਿਤਾ ਨੂੰ ਕੀਤਾ ਕਤਲ, ਪੁਲਿਸ ਨੇ ਕੀਤਾ ਕਾਬੂ, ਕਰੀਬ 2.5 ਸਾਲ ਪਹਿਲਾਂ ਆਪਣੀ ਹੀ ਦਾਦੀ ਦਾ ਵੀ ਕੀਤਾ ਸੀ ਕਤਲ। ਬਠਿੰਡਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ 2 ਵੱਖ ਵੱਖ ਮਾਮਲਿਆਂ ਵਿੱਚ ਗਰੋਹ ਦੇ 5 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ। ਸ਼ੰਭੂ ਬਾਰਡਰ ਖੋਲ੍ਹਣ 'ਤੇ ਅੱਜ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਪੰਜਾਬ ਹਰਿਆਣਾ ਸਰਕਾਰਾਂ ਕਿਸਾਨਾਂ ਨਾਲ ਹੋਈ ਮੀਟਿੰਗ ਦੀ ਪੇਸ਼ ਕਰਨਗੀਆਂ ਰਿਪੋਰਟ, ਗੱਲਬਾਤ ਰਹੀ ਸੀ ਅਸਫਲ। ਸ਼ੰਭੂ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਹੋਈ ਮੌਤ, ਮੋਰਚੇ ਦਾ ਹਿੱਸਾ ਬਣਨ ਲਈ ਪਹੁੰਚਿਆ ਸੀ, ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ। ਖਰੜ ਲਾਂਡਰਾ ਰੋਡ ਸਥਿਤ ਫਲੈਟ ਦੇ ਵਿੱਚ ਜ਼ੋਰਦਾਰ ਧਮਾਕੇ ਮਗਰੋਂ ਲੱਗੀ ਭਿਆਨਕ ਅੱਗ, ਨੌਜਵਾਨ ਨੇ ਮਸਾਂ ਬਚਾਈ ਜਾਣ, ਲੱਖਾਂ ਦੀ ਕੀਮਤ ਦਾ ਘਰੇਲੂ ਸਮਾਨ ਸੜ ਕੇ ਹੋਇਆ ਸਵਾਹ। ਫਿਰੋਜ਼ਪੁਰ ਵਿਖੇ ਲਾਪਤਾ ਨੌਜਵਾਨ ਦੀ ਭੇਦ ਭਰੇ ਹਾਲਾਤ 'ਚ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ। ਨਕੋਦਰ ਦੇ ਪਿੰਡ ਉੱਗੀ ਵਿਖੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ, ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਸੀ ਤਕਰਾਰ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ। ਜਲੰਧਰ ਵਿਖੇ ਫਰਜ਼ੀ ਢੰਗ ਨਾਲ ਚੈੱਕ ਐਡਿਟ ਕਰ ਖਾਤੇ ਵਿੱਚੋਂ 1.71 ਲੱਖ ਕਰਵਾਏ ਟ੍ਰਾਂਸਫਰ, ਅਣਪਛਾਤੇ ਮੁਲਜ਼ਮ ਖਿਲਾਫ਼ ਪੁਲਿਸ ਨੇ ਦਰਜ ਕੀਤਾ ਮਾਮਲਾ। ਗੁਰਦਾਸਪੁਰ ਵਿਖੇ ਮਹਿਲਾ ਨੇ ਮੌਜੂਦਾ ਸਰਪੰਚ 'ਤੇ ਲਗਾਏ ਪਿਸਤਲ ਦੀ ਨੋਕ 'ਤੇ ਜਬਰਜਨਾ ਕਰਨ ਦੇ ਆਰੋਪ, ਪੁਲਿਸ ਨੇ ਆਰੋਪੀ ਸਰਪੰਚ ਨੂੰ ਕੀਤਾ ਗ੍ਰਿਫਤਾਰ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹੈਰੋਇਨ ਦੇ ਨਾਲ 2 ਨੌਜਵਾਨਾਂ ਨੂੰ ਕੀਤਾ ਕਾਬੂ, ਮੁਲਜ਼ਮਾਂ ਦੀ 37.72 ਕਰੋੜ ਦੀ ਜਾਇਦਾਦ ਵੀ ਕੀਤੀ ਸੀਲ। ਪੰਜਾਬ ਵਿੱਚ ਬਦਲੀਆਂ ਦਾ ਦੌਰ ਜਾਰੀ, ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ 14 DSPs ਦੇ ਕੀਤੇ ਤਬਾਦਲੇ। ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰੀ ਖਬਰ, 5ਵੀਂ, 8ਵੀਂ ਅਤੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਦਾਖਲੇ ਲਈ 31 ਅਗਸਤ ਤੱਕ ਦਾ ਕੀਤਾ ਗਿਆ ਵਾਧਾ। ਪੰਜਾਬ ਵਿੱਚ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ ਮਹਿੰਗੀ, ਪੁਰਾਣੇ ਅਤੇ ਨਿੱਜੀ ਵਾਹਨਾਂ 'ਤੇ ਲੱਗੇਗਾ ਗ੍ਰੀਨ ਟੈਕਸ, ਨੋਟੀਫਿਕੇਸ਼ਨ ਹੋਈ ਜਾਰੀ। ਪੰਜਾਬ ਵਿੱਚ ਮੌਨਸੂਨ ਸੁਸਤ, ਅੱਜ ਮੀਂਹ ਦੀ ਨਹੀਂ ਕੋਈ ਸੰਭਾਵਨਾ, ਘੱਟੋ ਘੱਟ ਤਾਪਮਾਨ ਆਮ ਨਾਲੋਂ 1.3 ਡਿਗਰੀ ਵੱਧ ਕੀਤਾ ਗਿਆ ਦਰਜ। ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਲਈ ਇਸੇ ਤਰ੍ਹਾਂ ਜੁੜੇ ਰਹੋ ਜਗਬਾਣੀ TV ਨਾਲ।